ਸਾਡੇ ਅੰਦਰ ਸਾਰੀ ਪੁਲਿਸ ਹੈਗੀ। ਚੰਗਾ, ਕੋਈ ਠੰਡਦਾਰ ਪੁੱਛੇ ਤੇ ਮੇਰੇ ਨਾਲ ਗੱਲ ਕਰੇ। ਗਰਾਊਂਡ ਰਿਪੋਰਟਸ ਟੀਵੀ ਨਿਊਜ਼ ਇੰਡੀਆ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਪਸ਼ੌਰਾ ਸਿੰਘ ਪੰਨੂ। ਕੋਰੋਨਾ ਵਾਇਰਸ ਦੀ ਫੈਲੀ ਮਹਾਮਾਰੀ ਕਾਰਨ ਲੱਗੇ ਕਰਫਿਊ ਵਿੱਚ ਜ਼ਰੂਰਤਮੰਦ ਲੋਕਾਂ ਦੇ ਆਉਣ ਜਾਣ ਲਈ ਸਰਕਾਰ ਵੱਲੋਂ ਜਾਰੀ ਕੀਤੇ ਜਾਣ ਵਾਲੇ ਕਰਫਿਊ ਪਾਸ ਬਣਾਉਣ ਲਈ SDM ਦਫ਼ਤਰ ਪੱਟੀ ਦੇ ਇੱਕ ਮੁਲਾਜ਼ਮ ਵੱਲੋਂ ਰਿਸ਼ਵਤ ਲਏ ਜਾਣ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਕਹਿ ਰਿਹਾ ਹੈ ਕਿ ਪੁਲਿਸ ਸਾਰੀ ਸਾਡੇ ਅੰਡਰ ਹੈ ਅਤੇ ਕੋਈ ਥਾਣੇਦਾਰ ਪੁੱਛੇ ਤਾਂ ਮੇਰੀ ਗੱਲ ਕਰਾ ਦਿਓ। ਅਸੀਂ ਤੁਰੇ ਜਾਂਦੇ ਤਰਨ ਤਾਰਨ ਨਹੀਂ ਕਰਾਇਆ, 1000 ਰੁਪਏ ਦੇ ਦਿਓ ਬਸ, 1000 ਦੇ ਦਿਓ, ਚੱਲ 200 ਹੋਰ ਦੇ ਦੇ, ਮੈਂ ਸਾਰ ਦੂੰਗਾ ਮੈਂ ਚੱਲ ਮੇਰੇ ਆਪਣੇ। ਹਾਲਾਂਕਿ ਗਰਾਊਂਡ ਰਿਪੋਰਟਸ ਟੀਵੀ ਨਿਊਜ਼ ਇੰਡੀਆ ਇਸ ਵੀਡੀਓ ਦੇ ਸੱਚੇ ਹੋਣ ਦੀ ਪੁਸ਼ਟੀ ਨਹੀਂ ਕਰਦਾ, ਪਰ ਇਹ ਜਾਂਚ ਦਾ ਵਿਸ਼ਾ ਜ਼ਰੂਰ ਹੈ। ਗਰਾਊਂਡ ਰਿਪੋਰਟਸ ਟੀਵੀ ਨਿਊਜ਼ ਇੰਡੀਆ ਲਈ ਕੈਮਰਾਮੈਨ ਹਰਵਿੰਦਰ ਸਿੰਘ ਭਾਟੀਆ ਦੇ ਨਾਲ ਪਸ਼ੌਰਾ ਸਿੰਘ ਪੰਨੂ ਦੀ ਰਿਪੋਰਟ।